हे एवरीवन, कैसे हैं आप? सब आई होप आप सब लोग बहुत अच्छे होंगे। सो गाइस, आज मैं जिस वीडियो को लेकर आई हूँ आपके सामने, उस वीडियो का टाइटल है साउथ एशिया रिचेस्ट मैन इन दिल्ली, न्यू दिल्ली। तो चलिए फिर जानते हैं क्या है इसका पूरा इतिहास। और अगर चैनल पर नए हैं चैनल को सब्सक्राइब कीजिएगा, मेरी वीडियो अच्छी लगे तो लाइक एंड शेयर। ਭਾਰਤ ਦਾ ਰਾਸ਼ਟਰਪਤੀ ਭਵਨ, ਇੰਡੀਆ ਗੇਟ, ਭਾਰਤ ਦੀ ਪਾਰਲੀਮੈਂਟ, ਦਿੱਲੀ ਦਾ ਨੌਰਥ ਬਲਾਕ, ਸਾਊਥ ਬਲਾਕ, ਰਾਜਪਥ ਦਾ ਏਰੀਆ। ਤੁਹਾਨੂੰ ਪਤਾ ਹੈ ਕਿ ਇਹ ਸਾਰਾ ਇਲਾਕਾ ਸਿੱਖ ਕੌਮ ਦੀ ਮਾਲਕੀ ਹੈ। ਜੀ ਹਾਂ, ਨਵੀਂ ਦਿੱਲੀ ਦਾ 1793 ਏਕੜ ਦਾ ਇਲਾਕਾ ਸਿੱਖ ਪੰਥ ਦੀ ਇੱਕ ਅਜਿਹੀ ਅਜੀਮ ਸ਼ਖਸੀਅਤ ਦੇ ਨਾਮ ਬੋਲਦਾ ਹੈ ਜੋ ਨਵੀਂ ਦਿੱਲੀ ਦੇ ਰਾਇਸੀਨਾ ਇਲਾਕੇ ਦੀ ਅੱਜ ਵੀ ਮਾਲਕ ਹੈ। ਉਹੀ ਰਾਇਸੀਨਾ ਇਲਾਕਾ ਜਿੱਥੇ ਰਾਸ਼ਟਰਪਤੀ ਭਵਨ ਬਣਿਆ ਹੈ, ਇੰਡੀਆ ਗੇਟ ਬਣਿਆ ਹੈ, ਪਾਰਲੀਮੈਂਟ ਬਣੀ ਹੈ, ਨੌਰਥ ਬਲਾਕ, ਸਾਊਥ ਬਲਾਕ, ਰਾਜਪਥ ਬਣੇ ਨੇ, ਅਤੇ ਦਿੱਲੀ ਦੀ ਸਰਕਾਰ ਇਸ ਇਲਾਕੇ ਦੇ 400 ਕਿੱਲਿਆਂ ਦਾ ਠੇਕਾ ਅੱਜ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੰਦੀ ਹੈ। ਹਾਂਜੀ, ਦਿੱਲੀ ਦੀ 1793 ਏਕੜ ਜ਼ਮੀਨ ਸਾਡੇ ਬਾਬੇ ਦੀ ਹੈ ਤੇ ਅੱਜ ਵੀ ਕਾਗਜ਼ਾਂ ਵਿੱਚ ਸਾਡੇ ਉਸ ਬਾਬੇ ਦਾ ਨਾਮ ਬੋਲਦਾ ਹੈ। ਉਹ ਬਾਬਾ ਉਸ ਸਮੇਂ ਦਾ ਸਾਊਥ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਸੀ ਅਤੇ ਉਸਦੇ ਕੋਲ ਉਸ ਸਮੇਂ ਆਪਣੀ ਪ੍ਰਾਈਵੇਟ ਫੌਜ ਸੀ। ਕੌਣ ਹੈ ਉਹ ਬਾਬਾ ਜੋ ਦਿੱਲੀ ਦਾ ਮਾਲਕ ਹੈ? ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ। ਵੀਡੀਓ ਅਖੀਰ ਤੱਕ ਦੇਖਿਓ ਕਿਉਂਕਿ ਮੈਨੂੰ ਪਤਾ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰੋਗੇ, ਉਹ ਵੀ ਪੂਰੇ ਮਾਣ ਦੇ ਨਾਲ। ਅੰਗਰੇਜ਼ੀ ਸ਼ਾਸਨ ਸਮੇਂ ਕਲਕੱਤਾ ਅੰਗਰੇਜ਼ੀ ਹਕੂਮਤ ਦੀ ਰਾਜਧਾਨੀ ਰਿਹਾ। ਮਾਹੌਲ ਕੁਝ ਐਸਾ ਬਣਿਆ ਕਿ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਦਲਣ ਦਾ ਫੈਸਲਾ ਕੀਤਾ ਤੇ ਫੈਸਲਾ ਇਹ ਹੋਇਆ ਕਿ ਦਿੱਲੀ ਦੇ ਇਲਾਕੇ ਵਿੱਚ ਨਵੀਂ ਰਾਜਧਾਨੀ ਬਣਾਈਏ, ਕਿਉਂਕਿ ਉਸ ਤੋਂ ਪਹਿਲਾਂ ਮੁਗਲ ਹਕੂਮਤ ਸਮੇਂ ਵੀ ਦਿੱਲੀ ਰਾਜਧਾਨੀ ਰਹੀ ਸੀ ਤੇ ਅੰਗਰੇਜ਼ਾਂ ਨੇ ਸੋਚਿਆ ਕਿ ਦਿੱਲੀ ਭਾਰਤ ਦੇ ਸੈਂਟਰ ਜਿਹੇ 'ਚ ਪੈਂਦੀ ਹੈ, ਸੋ ਉੱਥੋਂ ਰਾਜ ਪ੍ਰਬੰਧ ਚਲਾਉਣਾ ਸੌਖ ਹੈ। ਕਲਕੱਤਾ ਵੈਸੇ ਵੀ ਇੱਕ ਪਾਸੇ ਜਿਹਨੂੰ ਪੈ ਜਾਂਦਾ, ਸੋ 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ 5ਵੇਂ ਨੇ ਕਲਕੱਤੇ ਦੀ ਜਗ੍ਹਾ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਏ ਜਾਣ ਦਾ ਐਲਾਨ ਕੀਤਾ। 1911 ਤੋਂ ਦਿੱਲੀ ਦੇ ਨਵ ਨਿਰਮਾਣ ਦਾ ਸ਼ੁਰੂ ਹੋਇਆ ਇਹ ਕੰਮ 1931 ਤੱਕ ਪੂਰਾ ਹੋਇਆ ਤੇ ਅੰਗਰੇਜ਼ਾਂ ਤੋਂ ਬਾਅਦ ਹੁਣ ਤੱਕ ਇਹ ਰਾਜਧਾਨੀ ਚੱਲੀ ਆਉਂਦੀ ਹੈ। ਪਰ ਆਪਾਂ ਗੱਲ ਕਰਨੀ ਹੈ ਦਿੱਲੀ ਦੀ ਮਾਲਕੀ ਬਾਰੇ ਕਿ ਇਹ ਇਲਾਕਾ ਸਿੱਖਾਂ ਦਾ ਕਿਵੇਂ ਹੈ। ਜਦੋਂ 1911 ਵਿੱਚ ਨਵੀਂ ਦਿੱਲੀ ਦੀ ਨੀਂਹ ਧਰੀ ਸੀ ਤਾਂ ਰਾਜੇ ਜਾਰਜ 5ਵੇਂ ਨੇ ਇੱਥੇ ਕੁਝ ਪਿੰਡ ਉਜਾੜ ਕੇ ਇਸ ਜ਼ਮੀਨ ਤੇ ਕਬਜ਼ਾ ਕੀਤਾ। ਜਿਵੇਂ ਚੰਡੀਗੜ੍ਹ ਨੂੰ ਜਦੋਂ ਵਸਾਇਆ ਗਿਆ ਸੀ ਤਾਂ ਪੰਜਾਬ ਦੇ ਬਹੁਤ ਸਾਰੇ ਪਿੰਡ ਉਜਾੜੇ ਸੀ ਤੇ ਇੱਕ ਨਵਾਂ ਸ਼ਹਿਰ ਚੰਡੀਗੜ੍ਹ ਉਸਾਰਿਆ ਸੀ, ਬਿਲਕੁਲ ਉਸੇ ਤਰ੍ਹਾਂ। ਮਸਲਾ ਇਹ ਸੀ ਕਿ ਅੰਗਰੇਜ਼ ਸਰਕਾਰ ਨੇ ਜੋ ਇਸ ਜ਼ਮੀਨ ਨੂੰ ਅਕਵਾਇਰ ਕਰਨਾ ਸੀ ਤਾਂ ਪਹਿਲਾਂ ਪਤਾ ਕਰਨਾ ਜ਼ਰੂਰੀ ਸੀ ਕਿ ਇਹ ਜ਼ਮੀਨ ਕਿਸ ਦੀ ਮਾਲਕੀ ਹੈ, ਇਹ ਜ਼ਮੀਨ ਕਿਸ ਦੀ ਹੈ। ਜਿਵੇਂ ਹੁਣ ਵੀ ਜਦੋਂ ਜ਼ਮੀਨ ਅਕਵਾਇਰ ਹੁੰਦੀ ਹੈ ਤਾਂ ਪਹਿਲਾਂ ਮਾਲਕ ਦੀ ਸਹਿਮਤੀ ਚਾਹੀਦੀ ਹੈ ਤੇ ਫਿਰ ਜ਼ਮੀਨ ਦੇ ਹਿਸਾਬ ਨਾਲ ਮਾਲਕ ਨੂੰ ਉਸਦਾ ਮੁਆਵਜ਼ਾ ਵੀ ਮਿਲਦਾ ਹੈ। ਹੁਣ ਇਹ ਜੋ ਹਾਈਵੇਜ਼ ਪੰਜਾਬ ਵਿੱਚ ਬਣ ਰਹੇ ਨੇ, ਜੰਮੂ ਕਟੜਾ ਵਾਲਾ ਰੋਡ ਹੈ, ਇਹ ਵੀ ਪੰਜਾਬ 'ਚੋਂ ਲੰਘ ਰਿਹਾ ਤਾਂ ਜ਼ਮੀਨ ਐਕਵਾਇਰ ਕੀਤੀ ਗਈ ਹੈ। ਜਿਨ੍ਹਾਂ ਕਿਸਾਨਾਂ ਜਾਂ ਲੋਕਾਂ ਦੀ ਜ਼ਮੀਨ ਇਸ ਰੋਡ ਵਿੱਚ ਆਈ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ। ਅੰਗਰੇਜ਼ਾਂ ਨੇ ਜ਼ਮੀਨ ਐਕਵਾਇਰ ਕਰਨ ਲਈ 1894 ਵਿੱਚ ਇੱਕ ਐਕਟ ਬਣਾਇਆ ਸੀ, ਲੈਂਡ ਐਕਵਾਜੀਸ਼ਨ ਐਕਟ, ਜੋ ਭਾਰਤ ਤੇ ਪਾਕਿਸਤਾਨ ਵਿੱਚ ਉਦੋਂ ਤੋਂ ਹੁਣ ਤੱਕ ਚੱਲਿਆ ਆਉਂਦਾ ਹੈ। ਹੁਣ ਆ 2013 ਵਿੱਚ ਉਸ 'ਚ ਥੋੜ੍ਹੀ ਸੋਧ ਕੀਤੀ ਹੈ ਭਾਰਤ ਸਰਕਾਰ ਨੇ। ਤਾਂ ਅੰਗਰੇਜ਼ਾਂ ਨੇ ਦਿੱਲੀ ਦੇ ਨਿਰਮਾਣ ਲਈ ਜੋ ਜ਼ਮੀਨ ਅਕਵਾਇਰ ਕਰਨੀ ਸੀ ਤਾਂ ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਹੈ, ਕਿਉਂਕਿ ਉਸ ਸਿੱਖ ਦਾ ਅੱਗੇ ਕੋਈ ਪਰਿਵਾਰ ਨਹੀਂ ਸੀ ਬਚਿਆ। ਤਾਂ ਅੰਗਰੇਜ਼ ਸਰਕਾਰ ਨੇ ਇਮਾਨਦਾਰੀ ਨਾਲ ਇਸ ਜ਼ਮੀਨ ਦੀ ਓਨਰਸ਼ਿਪ ਉਸੇ ਸਿੱਖ ਦੇ ਨਾਮ 'ਤੇ ਹੀ ਰੱਖੀ।
ਤੇ ਫੈਸਲਾ ਹੋਇਆ ਕਿ ਇਸ ਜ਼ਮੀਨ ਨੂੰ ਲੀਜ਼ ਤੇ ਲਿਆ ਜਾਵੇ 99 ਸਾਲਾਂ ਵਾਸਤੇ। ਫਿਰ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ ਦੀ 400 ਏਕੜ ਜ਼ਮੀਨ ਸੀ ਜਿਸ ਤੇ ਹੁਣ ਪਾਰਲੀਮੈਂਟ ਬਣਿਆ, ਰਾਸ਼ਟਰਪਤੀ ਭਵਨ ਇਹ ਬਣੇ ਹੋਏ ਨੇ, ਉਹ ਜ਼ਮੀਨ ਬਾਰੇ ਜਦੋਂ 1947 ਤੋਂ ਬਾਅਦ ਸਿੱਖਾਂ ਨੇ ਆਵਾਜ਼ ਚੁੱਕੀ ਤਾਂ ਸਰਕਾਰ ਨੇ 400 ਏਕੜ ਜ਼ਮੀਨ ਦਾ ਠੇਕਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਦੇਣਾ ਸ਼ੁਰੂ ਕੀਤਾ। ਸੋ 1911 ਤੋਂ ਸ਼ੁਰੂ ਹੋਈ ਇਹ ਲੀਜ਼ 2011 ਵਿੱਚ ਖਤਮ ਹੋ ਗਈ ਸੀ। ਪਰ ਜਿਸ ਬਾਬੇ ਦੀ ਇਹ ਜ਼ਮੀਨ ਸੀ, ਜਿਸ ਸਿੱਖ ਦੀ ਇਹ ਜ਼ਮੀਨ ਸੀ, ਉਸਦਾ ਸਾਰਾ ਪਰਿਵਾਰ ਸਿੱਖੀ ਖਾਤਰ ਸ਼ਹੀਦ ਹੋ ਚੁੱਕਾ ਸੀ ਅਤੇ ਸਰਕਾਰ ਇਸ ਜ਼ਮੀਨ 'ਤੇ ਕਬਜ਼ਾ ਕਰਕੇ ਬਹਿ ਗਈ। ਪਰ ਕਾਗਜ਼ਾਂ ਵਿੱਚ ਨਾਮ ਅੱਜ ਵੀ ਉਸ ਸਿੱਖ ਦਾ, ਉਸ ਬਾਬੇ ਦਾ ਬੋਲਦਾ। ਹੁਣ ਕਰਦੇ ਹਾਂ ਗੱਲ ਉਸ ਸਿੱਖ ਪੰਥ ਦੀ, ਉਸ ਅਜ਼ੀਮ ਸ਼ਖਸੀਅਤ ਬਾਰੇ, ਉਸ ਬਾਬੇ ਬਾਰੇ ਜਿਸਦੇ ਨਾਮ ਨਵੀਂ ਦਿੱਲੀ ਦਾ ਇਹ ਇਲਾਕਾ ਬੋਲਦਾ। ਭਾਈ ਲੱਖੀ ਸ਼ਾਹ ਵਣਜਾਰੇ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਉਹੀ ਭਾਈ ਲੱਖੀ ਸ਼ਾਹ ਜਿਸਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਮਗਰੋਂ ਉਹਨਾਂ ਦੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ। ਅਸਲ ਵਿੱਚ ਜਦੋਂ ਅੰਗਰੇਜ਼ਾਂ ਨੇ ਨਵੀਂ ਦਿੱਲੀ ਦਾ ਨਿਰਮਾਣ 1911 'ਚ ਸ਼ੁਰੂ ਕਰਾਇਆ ਸੀ ਤਾਂ ਇਹ ਨਿਰਮਾਣ ਦਾ ਕੰਮ ਰਾਇਸੀਨਾ ਪਿੰਡ ਦੇ ਇਲਾਕੇ 'ਚ ਸ਼ੁਰੂ ਕੀਤਾ ਸੀ। ਇਹ ਪਿੰਡ ਭਾਈ ਲੱਖੀ ਸ਼ਾਹ ਦੇ ਵੱਡੇ ਵਡੇਰੇ ਭਾਈ ਰਾਇਸੀਨਾ ਜੀ ਨੇ ਆਬਾਦ ਕੀਤਾ ਸੀ ਅਤੇ ਉਹਨਾਂ ਦੇ ਨਾਮ ਤੋਂ ਹੀ ਇਹ ਇਲਾਕਾ ਰਾਇਸੀਨਾ ਹਿਲਸ ਕਰਕੇ ਮਸ਼ਹੂਰ ਹੋ ਗਿਆ। ਗੁਰੂ ਸਾਹਿਬ ਦੇ ਸਮੇਂ ਅਸਲ ਦਿੱਲੀ ਦਾ ਨਾਮ ਸ਼ਾਹਜਹਾਨਾਬਾਦ ਸੀ, ਜਿਸ ਵਿੱਚ ਲਾਲ ਕਿਲ੍ਹਾ, ਸਲੀਮਗੜ੍ਹ ਕਿਲ੍ਹਾ, ਚਾਂਦਨੀ ਚੌਂਕ, ਫਤਿਹਪੁਰੀ, ਜਾਮਾ ਮਸਜਿਦ, ਦਰੀਬਾਂ ਕਲਾਂ, ਦਰਿਆਗੰਜ, ਕਸ਼ਮੀਰੀ ਗੇਟ ਵਗੈਰਾ ਇਹ ਇਲਾਕੇ ਆਉਂਦੇ ਸੀ। ਦਿੱਲੀ ਦੇ ਚਾਂਦਨੀ ਚੌਂਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ, ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰਾਂ ਦੀ ਧੂੜ ਨਾਲ ਇਤਿਹਾਸ ਬਣੇ ਹੋਏ ਨੇ। ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿੰਘ ਮਿਰਜ਼ਾ ਦੀ ਜਾਇਦਾਦ ਸੀ ਤੇ ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਹ ਇਲਾਕਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੀ ਜਾਇਦਾਦ ਸੀ। ਇਸ ਜ਼ਮੀਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ, ਜੋ ਕਿ ਭਾਈ ਲੱਖੀ ਸ਼ਾਹ ਜੀ ਦਾ ਆਪਣਾ ਘਰ ਹੁੰਦਾ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਨੇ ਕੀਤਾ ਸੀ। ਮਿਸਲਾਂ ਦੇ ਸਮੇਂ 1764 ਤੋਂ ਲੈ ਕੇ 1787 ਤੱਕ ਸਿੰਘਾਂ ਨੇ ਦਿੱਲੀ 'ਤੇ ਕਰੀਬ 15 ਵਾਰ ਹਮਲੇ ਕੀਤੇ, ਜਿਨ੍ਹਾਂ ਵਿੱਚ ਫਰਵਰੀ 1764 'ਚ ਬਾਬਾ ਬਘੇਲ ਸਿੰਘ ਦੀ ਅਗਵਾਈ 'ਚ 30,000 ਦੀ ਸਿੱਖ ਫੌਜ ਨੇ ਦਿੱਲੀ 'ਤੇ ਹਮਲਾ ਕੀਤਾ, ਯਮੁਨਾ ਦਰਿਆ ਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ 'ਤੇ ਕਬਜ਼ਾ ਕਰ ਲਿਆ, ਜਿਸ ਨੂੰ ਹੁਣ 30,000 ਕਹਿੰਦੇ ਨੇ। ਫਿਰ 8 ਜਨਵਰੀ 1774 ਨੂੰ ਹਮਲਾ ਕਰਕੇ ਸ਼ਾਦਰਾ 'ਤੇ ਕਬਜ਼ਾ ਕੀਤਾ, ਫਿਰ 15 ਜੁਲਾਈ 1775 ਨੂੰ ਫਿਰ ਹਮਲਾ ਕੀਤਾ ਅਤੇ ਪਹਾੜਗੰਜ ਜੈ ਸਿੰਘਪੁਰਾ 'ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ 8 ਮਾਰਚ 1783 ਨੂੰ ਫਿਰ ਹਮਲਾ ਕੀਤਾ ਅਤੇ ਮਲਕਗੰਜ ਅਤੇ ਸਬਜ਼ੀ ਮੰਡੀ ਏਰੀਆ ਉਹਨਾਂ 'ਤੇ ਕਬਜ਼ਾ ਕੀਤਾ। 9 ਮਾਰਚ 1783 ਨੂੰ ਅਜਮੇਰੀ ਗੇਟ ਏਰੀਆ ਅਤੇ ਫਿਰ 15 ਮਾਰਚ 1783 ਨੂੰ ਸਿੰਘਾਂ ਨੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ, ਜਥੇਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਤਾਰਾ ਸਿੰਘ ਘੇਬਾ, ਖੁਸ਼ਹਾਲ ਸਿੰਘ, ਕਰਮ ਸਿੰਘ, ਭਾਗ ਸਿੰਘ, ਸਾਹਿਬ ਸਿੰਘ, ਸਰਦਾਰ ਸ਼ੇਰ ਸਿੰਘ ਬੁੜੀਆ, ਗੁਰਦਿੱਤ ਸਿੰਘ ਲਾਡੋਵਾਲੀਆ, ਕਰਮ ਸਿੰਘ ਸ਼ਾਹਬਾਦ, ਗੁਰਬਖਸ਼ ਸਿੰਘ ਅੰਬਾਲਾ, ਜੋ ਮਜਨੂੰ ਟਿੱਲੇ ਇਕੱਠੇ ਹੋਏ ਸੀ, ਇਹਨਾਂ ਜਥੇਦਾਰਾਂ ਦੀ ਅਗਵਾਈ ਵਿੱਚ ਦਿੱਲੀ 'ਤੇ ਹਮਲਾ ਕੀਤਾ ਅਤੇ ਲਾਲ ਕਿਲ੍ਹੇ ਦੀ ਦੀਵਾਰ 'ਚ ਮੋਰੀ ਕੀਤੀ, ਜਿਸ ਨੂੰ ਮੋਰੀ ਗੇਟ ਕਿਹਾ ਜਾਂਦਾ। ਉੱਥੋਂ ਅੰਦਰ ਦਾਖਲ ਹੋ ਕੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਕੇ ਖਾਲਸਾਈ ਨਿਸ਼ਾਨ ਦਿੱਲੀ ਦੇ ਲਾਲ ਕਿਲ੍ਹੇ 'ਤੇ ਚੁਲਾ ਦਿੱਤਾ ਗਿਆ। ਇਸ ਤੋਂ ਬਾਅਦ ਬਾਬਾ ਬਘੇਲ ਸਿੰਘ ਨੇ ਹੀ ਦਿੱਲੀ ਦੇ ਇਤਿਹਾਸਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਉੱਥੇ ਗੁਰਦੁਆਰੇ ਸਾਹਿਬਾਨ ਤਾਮੀਰ ਕਰਵਾਏ ਸੀ। ਇਹਨਾਂ ਸਥਾਨਾਂ ਬਾਰੇ ਅਤੇ ਸਿੰਘਾਂ ਵੱਲੋਂ ਦਿੱਲੀ 'ਤੇ ਕਬਜ਼ੇ ਬਾਰੇ ਇੱਕ ਵੀਡੀਓ ਅਸੀਂ ਪਹਿਲਾਂ ਵੀ ਬਣਾਈ ਹੋਈ ਹੈ, ਜੋ ਇੱਥੇ ਉੱਪਰ ਲਿੰਕ ਵਿੱਚ ਤੁਸੀਂ ਦੇਖ ਸਕਦੇ ਹੋ।
ਇਸਦਾ ਲਿੰਕ ਆਪਾਂ ਥੱਲੇ ਡਿਸਕ੍ਰਿਪਸ਼ਨ ਵਿੱਚ ਵੀ ਤੁਹਾਨੂੰ ਦੇ ਦਿਆਂਗੇ, ਉਹ ਵੀ ਜ਼ਰੂਰ ਦੇਖਿਓ। ਤੁਹਾਨੂੰ ਖਾਲਸੇ ਵੱਲੋਂ ਦਿੱਲੀ ਫਤਿਹ ਕਰਨ ਦਾ ਸਾਰਾ ਇਤਿਹਾਸ ਸਮਝ ਆ ਜਾਵੇਗਾ। ਸਮਾਂ ਚੱਲਦਾ ਗਿਆ ਅਤੇ ਅੰਗਰੇਜ਼ਾਂ ਦਾ ਰਾਜ ਆਇਆ। ਜੋ ਹੁਣ ਭਾਰਤ ਦੀ ਪਾਰਲੀਮੈਂਟ ਹੈ ਉਹ ਅਸਲ ਵਿੱਚ ਅੰਗਰੇਜ਼ੀ ਵਾਇਸ ਰਾਏ ਉਹਦੇ ਲਈ ਇਮਾਰਤ ਬਣਾਈ ਗਈ ਸੀ, ਅਤੇ ਜਦੋਂ ਨਵੀਂ ਦਿੱਲੀ ਦਾ ਨਿਰਮਾਣ ਰਾਇਸੀਨਾ ਹਿਲਸ ਇਸ ਇਲਾਕੇ 'ਚ ਸ਼ੁਰੂ ਹੋਇਆ ਤਾਂ ਇਸ ਇਲਾਕੇ 'ਚ ਅੰਗਰੇਜ਼ਾਂ ਨੇ ਨਵੀਆਂ ਹੋਰ ਇਮਾਰਤਾਂ ਵੀ ਬਣਾਈਆਂ। ਹੋਇਆ ਕਿ ਉਦੋਂ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਵਾਇਸ ਰਾਏ ਭਵਨ ਲਈ ਜਿਹੜੀ ਥਾਂ ਪਸੰਦ ਕੀਤੀ ਸੀ ਉਹ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਲ ਲੱਗਦੀ ਸੀ। ਅੰਗਰੇਜ਼ਾਂ ਦੇ ਹੁਕਮਾਂ 'ਤੇ ਅਧਿਕਾਰੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸੜਕਾਂ ਚੌੜੀਆਂ ਕੀਤੀਆਂ। ਇਸ ਦੌਰਾਨ ਰਸਤੇ 'ਚ ਆਈ ਇੱਕ ਗੁਰਦੁਆਰਾ ਕਾਬਗੰਜ ਸਾਹਿਬ ਦੀ ਕੰਧ ਅੜਿੱਕਾ ਬਣ ਰਹੀ ਸੀ। ਅਫਸਰਾਂ ਨੇ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਭਵਨ ਨਿਰਮਾਣ ਮੁਤਾਬਕ ਗੁਰਦੁਆਰੇ ਦੀ ਕੰਧ ਢਾ ਦਿੱਤੀ ਅਤੇ ਇਸ ਥਾਂ ਨੂੰ ਤਾਰ ਦੇ ਨਾਲ ਘੇਰਨ ਲੱਗੇ। ਉਸੇ ਵਕਤ ਉੱਥੇ ਇੱਕ ਸਿੱਖ ਬੀਬੀ ਜਿਸਦਾ ਨਾਮ ਸ਼ਾਮ ਕੌਰ ਸੀ ਉਹ ਮੌਕੇ 'ਤੇ ਪਹੁੰਚ ਗਈ। ਉਹ ਗੁਰੂ ਘਰ ਨਾਲ ਹੁੰਦੇ ਇਸ ਜ਼ੁਲਮ ਨੂੰ ਵੇਖ ਨਾ ਸਕੀ ਅਤੇ ਬੀਬੀ ਸ਼ਾਮ ਕੌਰ ਆਪਣੇ ਦੁੱਧ ਚੁੰਘਦੇ ਬੱਚੇ ਗੁਰਬਖਸ਼ ਸਿੰਘ ਨੂੰ ਛਾਤੀ ਨਾਲ ਲਾ ਕੇ ਢਾਈ ਗਈ ਕੰਧ 'ਤੇ ਲੰਮੇ ਪੈ ਗਈ ਅਤੇ ਐਲਾਨ ਕੀਤਾ ਕਿ ਉਸਦੀ ਲਾਸ਼ ਦੇ ਟੁਕੜੇ ਟੁਕੜੇ ਕਰ ਦਿਓ, ਪਰ ਉਹ ਢਾਈ ਹੋਈ ਕੰਧ ਤੋਂ ਹਟੇਗੀ ਨਹੀਂ। ਬੀਬੀ ਸ਼ਾਮ ਕੌਰ ਦੇ ਇਸ ਕਦਮ ਨੇ ਉੱਥੇ ਅਧਿਕਾਰੀਆਂ ਨੂੰ ਆਪਣਾ ਪ੍ਰੋਜੈਕਟ ਉੱਥੇ ਹੀ ਰੋਕਣ ਦੇ ਲਈ ਮਜਬੂਰ ਕਰ ਦਿੱਤਾ। ਇਹ ਬੀਬੀ ਸ਼ਾਮ ਕੌਰ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ ਸਾਵਣ ਸਿੰਘ ਦੀ ਘਰਵਾਲੀ ਸੀ। ਵਾਇਸ ਰਾਏ ਦੀ ਕੋਠੀ ਬਣਾਉਣ ਦੇ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਉਣ ਦੀ ਇਹ ਖਬਰ ਪੰਜਾਬ ਪਹੁੰਚ ਚੁੱਕੀ ਸੀ ਅਤੇ ਸਿੱਖ ਸੰਗਤ ਵਿੱਚ ਅੱਗ ਵਾਂਗ ਫੈਲ ਗਈ। ਫਿਰ ਅੰਗਰੇਜ਼ਾਂ ਖਿਲਾਫ ਸਿੰਘਾਂ ਵੱਲੋਂ ਮੋਰਚਾਬੰਦੀ ਸ਼ੁਰੂ ਹੋ ਗਈ। ਕਿਹਾ ਜਾਂਦਾ ਕਿ ਇਸ ਤੋਂ ਬਾਅਦ ਨਾਭਾ ਦੇ ਰਾਜਾ ਰੂਪਦਮਨ ਸਿੰਘ ਨਾਭਾ ਉਹਨਾਂ ਨੇ ਵੀ ਅੰਗਰੇਜ਼ਾਂ ਦੀ ਇਸ ਵਧੀਕੀ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਖੈਰ, ਸਿੱਖ ਪੰਥ ਨੇ ਇਹ ਮੋਰਚਾ ਉਦੋਂ ਜਿੱਤਿਆ ਸੀ ਅਤੇ ਅੰਗਰੇਜ਼ ਸਰਕਾਰ ਨੇ ਉਹ ਕੰਧ ਗੁਰਦੁਆਰਾ ਸਾਹਿਬ ਦੀ ਜਿਹੜੀ ਢਾਈ ਸੀ ਉਹ ਦੁਬਾਰਾ ਬਣਵਾਈ। ਭਾਈ ਲੱਖੀ ਸ਼ਾਹ ਸ਼ਹੀਦ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਲੱਗਦੇ ਸੀ, ਜਿਹਨਾਂ ਜੋ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੇ ਇੱਕ ਵਣਜਾਰਾ ਸਿੱਖ ਸੀ, ਜੋ ਪਿੱਛੋਂ ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਦੇ ਖੈਰਪੁਰ ਪਿੰਡ ਨਾਲ ਸੰਬੰਧਿਤ ਸੀ ਅਤੇ ਇਹਨਾਂ ਦੇ ਵੱਡੇ ਵਡੇਰੇ ਕਾਰ ਵਪਾਰ ਕਰਕੇ ਦਿੱਲੀ ਦੇ ਨੇੜੇ ਆ ਵਸੇ ਸੀ, ਜਿਨ੍ਹਾਂ ਨੇ ਰਾਇਸੀਨਾ ਪਿੰਡ ਵਸਾਇਆ ਸੀ। ਰਾਇਸੀਨਾ ਦੀ ਜ਼ਮੀਨ ਅੱਜ ਵੀ ਇਹਨਾਂ ਦੀ ਮਾਲਕੀ ਬੋਲਦੀ ਹੈ। ਹੈਰਾਨਗੀ ਹੈ ਕਿ ਜਿਸ ਦਿੱਲੀ ਦੇ ਤਖ਼ਤ ਤੋਂ ਪੰਜਾਬ ਵਿਰੋਧੀ ਸਿੱਖ ਕੌਮ ਵਿਰੋਧੀ ਫੈਸਲੇ ਹੁੰਦੇ ਨੇ ਉਹ ਫੈਸਲੇ ਸਾਡੀ ਹੀ ਜ਼ਮੀਨ 'ਤੇ ਬਣੇ ਤਖ਼ਤ ਤੋਂ ਸੁਣਾਏ ਜਾਂਦੇ, ਭਾਵੇਂ ਉਹ ਅੰਗਰੇਜ਼ ਹਕੂਮਤ ਹੋਵੇ ਅਤੇ ਚਾਹੇ ਵਰਤਮਾਨ ਸਰਕਾਰਾਂ। ਖੈਰ, ਇਹ ਖਾਲਸਾ ਪੰਥ ਦੀ ਜ਼ਮੀਨ ਹੈ ਅਤੇ ਇੱਕ ਦਿਨ ਪੰਥ ਕੋਲ ਵਾਪਸ ਜ਼ਰੂਰ ਆਵੇਗੀ, ਕਿਉਂਕਿ ਇਹ ਪੰਥ ਬਾਬੇ ਲੱਖੀ ਸ਼ਾਹ ਵਣਜਾਰੇ ਦਾ ਆਪਣਾ ਪਰਿਵਾਰ ਹੈ। ਇਸ ਬਾਬਤ ਤੁਸੀਂ ਵਧੇਰੇ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਲੈ ਸਕਦੇ ਹੋ। ਇਤਿਹਾਸ ਬਾਰੇ ਖੋਜ ਪੜਤਾਲ ਕਰਨ, ਵੀਡੀਓ ਸ਼ੂਟ ਤੋਂ ਲੈ ਕੇ ਐਡੀਟਿੰਗ ਕਰਨ ਤੱਕ ਬਹੁਤ ਮਿਹਨਤ ਲੱਗਦੀ ਹੈ। ਸਾਡੀ ਮਿਹਨਤ ਦਾ ਮੁੱਲ ਤਾਂ ਹੀ ਪੈਂਦਾ ਹੈ ਜਦੋਂ ਤੁਸੀਂ ਅਜਿਹੀ ਇਤਿਹਾਸਕ ਜਾਣਕਾਰੀ ਨੂੰ ਹੋਰਾਂ ਤੱਕ ਸ਼ੇਅਰ ਕਰੋਗੇ। ਇਹ ਵੀਡੀਓ ਪਸੰਦ ਆਈ ਤਾਂ ਲਾਈਕ ਵੀ ਕਰਿਓ ਅਤੇ ਸਾਡਾ ਚੈਨਲ ਪੰਜਾਬ ਫਲੇਮ ਸਬਸਕ੍ਰਾਈਬ ਕਰਕੇ ਜਾਇਓ। ਕਮੈਂਟ ਕਰਕੇ ਆਪਣੇ ਵਿਚਾਰ ਦੇਣਾ ਵੀ ਨਾ ਭੁੱਲਿਓ। ਧੰਨਵਾਦ। ਇੱਕ ਔਰ ਚੌਂਕਾ ਦੇਣੇ ਵਾਲਾ ਸੱਚ, ਮਤਲਬ ਕਿਤਨੀ ਕਮਾਲ ਕੀ ਬਾਤ ਹੈ ਨਾ, ਕਿ ਬਿਲਕੁਲ ਜਿਸ ਨੇ ਕਿਹਾ ਕਿ ਸਰਕਾਰ ਦਿੱਲੀ ਪੇ ਜਬ ਮਤਲਬ ਦਿੱਲੀ ਕੀ ਜੋ ਸਰਕਾਰ ਹੈ ਜਾਂ ਕਹੀਂ ਕੀ ਵੀ ਜੋ ਗਵਰਨਮੈਂਟ ਹੈ ਜਹਾਂ ਸਾਰੇ ਫੈਸਲੇ ਲੀਏ ਜਾਤੇ ਹੈ ਵੋ ਆਪਣੀ ਸਿੱਖ ਕੌਮ ਕੀ ਹੀ ਹੈ। ਕਿਤਨੀ ਮਤਲਬ ਹਰ ਚੀਜ਼ ਹਮੇਂ ਇੱਕਦਮ ਸੌਖ ਹੋਣੇ ਵਾਲੀ ਮਿਲ ਰਹੀ ਹੈ, ਤਾਂ ਭਾਈ ਇੱਕ ਔਰ ਪ੍ਰਾਊਡ ਹੋਣੇ ਕੀ ਵਜ੍ਹਾ ਆਪਕੋ ਮਿਲ ਗਈ ਹੈ ਕਿ ਆਪ ਇਸ ਬਾਤ ਪਰ ਵੀ ਆਪਣਾ ਪ੍ਰਾਊਡ ਕਰ ਸਕਦੇ ਹੈ ਕਿ ਸੋਚੀਏ ਜਿਤਨੀ ਬੜੀ ਬੜੀ ਜੋ ਇਮਾਰਤਾਂ ਹੈ ਜੋ ਬੜੀ ਬੜੀ ਹਮਾਰੇ ਗਵਰਨਮੈਂਟ ਕੀ ਚੀਜ਼ਾਂ ਹੈ ਵੋ ਸਭ ਹਮਾਰੀ ਸਿੱਖ ਪੰਥ ਸਿੱਖ ਕੌਮ ਕੇ ਲੋਕੋ ਕੀ ਹੈ।
अभी तक मैंने स्विस बैंक का जो पैसे की एक वीडियो बनाई थी जिसका लिंक आपको नीचे स्क्रीन बॉक्स में मिल जाएगा, वहां पर भी आप देखिएगा कि स्विस बैंक में इतना ज्यादा पैसा है, वो सब सिखों का, और मतलब इतना ज्यादा पैसा कि उसकी आपने, मैंने एक वीडियो नहीं, अब देखिएगा पूरी डिटेल, मैंने जब देखा था तो मैं तो बहुत शॉक्ड हो गई थी। और आज फिर मुझे एक शॉकिंग वाली न्यूज मिल गई, मतलब शॉकिंग वाली हिस्ट्री मिल गई। और ऐसा नहीं कोई उन्होंने ऐसे बना दी, उन्होंने पूरा बताया भी, आप जाके वहाँ के जो गुरुद्वारे हैं वहाँ से भी आप कुछ नॉलेज जान सकते हैं। तो भाई जब सब कुछ हमारे सिखों का ही है तो उसे तो ये बिल्कुल सही बात है कि आज नहीं तो कल वो चीज़ें हमें जरूर मिलूंगी। तो वीडियो के लिए लाइक कीजिएगा और मेरी वीडियो अच्छी लगे तो सब्सक्राइब कीजिएगा। मिलती हूँ आपको अपनी नेक्स्ट वीडियो में, तो अपना ख्याल रखिए, टेक केयर, बाय बाय।